ਸਾਖ ਕੱਟਣ ਲਈ ਇਹ ਦਾਤਰੀਏ 750 ਪੌਂਡ ਤੂੰ ਮੈਂ ਦਿੱਤਾ ਤਾਂ ਕਿ ਮੈਂ ਇਹਨਾਂ ਨੂੰ ਇਸ ਕੇਸ ਚੋਂ ਬਰੀ ਕਰਾਵਾਂ। ਉਹ ਖੁਦਾ ਦੇ ਵਾਸਤੇ ਮੈਂ 100 ਪੌਂਡ ਤੈਨੂੰ ਪੱਲਿਓ ਦੇਣਾ। ਇਹਨਾਂ ਕੋਲ ਕੋਈ ਇਹੋ ਜਿਹਾ ਜੁਰਮ ਕਰਾ ਕਿ ਸਿੱਧਾ ਫਾਇਲ ਲੱਗਣਾ। ਓਏ ਕੀ ਹੈ ਉਹ ਹੋਣਾ ਕੀ ਹੈ ਯਾਰ, ਮੈਂ ਤੂੰ ਸਮਝਾ ਕੇ ਲੈ ਗਿਆ ਕਿ ਹਰ ਗੱਲ ਤੇ ਨੋ ਕਰਨਾ। ਅੰਦਰ ਜਾ ਕੇ ਉਹਨਾਂ ਪੁੱਛਿਆ ਤੁਹਾਡਾ ਵਕੀਲ ਹੈ, ਕਹਿੰਦੇ ਨੋ। ਮੈਂ ਕਿਹਾ ਮੈਂ ਤੁਹਾਡਾ ਵਕੀਲ ਹਾਂ, ਕਹਿੰਦੇ ਨੋ। ਫਿਰ ਮੈਂ ਸਾਈਡ ਤੇ ਜਾ ਕੇ ਕਿਹਾ ਮੈਂ ਕੋਈ ਹਰ ਗੱਲ ਤੇ ਨੋ ਨਹੀਂ ਕਰਨਾ, ਯੈਸ ਵੀ ਕਹਿਣਾ ਹੈ। ਫਿਰ ਉਹਨਾਂ ਨੇ ਜਿਹੜਾ ਜਿਹੜਾ ਜੁਰਮ ਇਹਨਾਂ ਦੇ ਅੱਗੇ ਰੱਖਿਆ ਇਹਨਾਂ ਸਾਰੇ ਯੈਸ ਕਰ ਲਏ। ਉਹ ਤੇ ਮੇਰਾ ਲਾਇਸੈਂਸ ਕੈਨਸਲ ਕਰਾਉਣ ਲੱਗੇ ਸਨ। ਉਹ ਜਿਹੜਾ ਹੈਗਾ ਨਾ ਕੰਜਾ, ਉਹਦੇ ਸਿਰ ਤੇ ਮੈਂ ਖੋਤੇ ਦੀ ਪੂਛ ਤੇ ਵਾਲ ਲਵਾਵਾਂ, ਤੇ ਉਹ ਜਿਹੜਾ ਵੱਡੇ ਮੂੰਹ ਵਾਲਾ ਉਹਦੇ ਮੂੰਹ ਨਾਲ ਤੇ ਮੈਂ ਫੁੱਟਬਾਲ ਬਣਾ ਕੇ ਖੇਡਾਂਗਾ। ਪਰ ਉਹ ਹੈ ਕਿੱਥੇ ਨੇ? ਅੰਦਰ ਨੇ, ਪੇਪਰ ਵਰਕ ਹੋ ਰਿਹਾ ਹੈ। ਲੱਗਦਾ ਅਫਸਰ ਵੀ ਇਹਨਾਂ ਨੂੰ ਘੰਟਾ ਬਰਦਾਸ਼ਤ ਨਹੀਂ ਜੇ ਕਰ ਸਕੇ। ਯਾਰ ਤੂੰ ਕਾਹਦਾ ਵਕੀਲ ਹੈ? ਐ ਸਾਨੂੰ ਇੱਕ ਲੈ ਕੇ ਦਿੱਤੀ, ਦੋ ਤੋਂ ਲੈ ਕੇ ਦਿੰਦਾ। ਇਹ ਤੁਹਾਡੀਆਂ ਬੇਬੇ ਦੀਆਂ ਕੋਈ ਪਜ਼ੇਬਾਂ ਨਹੀਂ ਹੈਗੀਆਂ, ਇਹ ਟ੍ਰੈਕਿੰਗ ਚਿੱਪ ਹੈਗੀ ਏ। ਜਦੋਂ ਤੁਸੀਂ ਸ਼ਹਿਰੋਂ ਬਾਹਰ ਜਾਣਾ ਨਾ, ਥਾਣੇ 'ਚ ਰੌਲਾ ਪਾਏਗਾ, ਫਿਰ ਤੁਹਾਨੂੰ ਗ੍ਰਿਫਤਾਰ ਕਰਨਗੇ। ਤੇ ਅਸੀਂ ਸ਼ਹਿਰੋਂ ਬਾਹਰ ਨਹੀਂ ਜਾ ਸਕਦੇ? ਚਲੋ ਅਸੀਂ ਕਿਹੜਾ ਕੋਈ ਜਾਂਚ ਚਲਾਣੇ, ਜਿਹੜਾ ਸ਼ਹਿਰੋਂ ਬਾਹਰ ਜਾਣਾ, ਲੋਕਲ ਦਿਹਾੜੀਆਂ ਨੇ ਲਾ ਲਾਂਗੇ। ਕੋਈ ਦਿਹਾੜੀ ਛਾੜੀ ਲਾ ਸਕਦੇ? ਤੁਸੀਂ ਇੱਥੇ ਕੱਚੇ ਹੈਗੇ ਹੋ। ਹਾਲੀ ਤੁਹਾਡਾ ਉਹ ਇਲੀਗਲ ਇਮੀਗ੍ਰੈਂਟ ਦਾ ਕੇਸ ਪੈਂਡਿੰਗ ਹੈ, ਉਹ ਤੁਹਾਨੂੰ ਡਿਪੋਰਟ ਵੀ ਕਰ ਸਕਦੇ ਨੇ। ਨਹੀਂ ਯਾਰ, ਤੂੰ ਘੜ, ਮੈਂ ਸੋਚਦਾ। ਓਕੇ ਆਇਆ ਕੁਝ ਦਿਮਾਗ 'ਚ? ਦੋਵੇਂ ਸੋਚਦੇ, ਇਧਰੋਂ ਆ। ਆਈਡੀਆ ਮੇਰੇ ਦਿਮਾਗ 'ਚ ਗੱਲ ਆ ਗਈ। ਤੂੰ ਇਦਾਂ ਕਰ ਤਾਂ ਸਿੱਧਾ ਜਾ ਕੇ ਮਾਹੀ ਨੂੰ ਕਹਿ ਦੇ ਹਾਂ ਭਈ ਤੂੰ ਜਿਹੜੇ ਘਰ ਦੀ ਆਪਣੇ ਆਪ ਨੂੰ ਕਿਰਾਏਦਾਰ ਨਹੀਂ ਸਮਝਦੀ ਪਈ ਹੈ, ਸ਼ਦੈਣੇ ਤੂੰ ਉਸ ਘਰ ਦੀ ਮਾਲਕਣ ਹੈ, ਅਗਲੀ ਖੁਸ਼ ਹੋ ਜਾਊਗੀ। ਮੈਂ ਤਾਂ ਤੈਨੂੰ ਐਵੇਂ ਕਮਲਾ ਸਮਝ ਗਿਆ, ਤੂੰ ਤਾਂ ਡਬਲ ਕਮਲਾ ਨਿਕਲਿਆ। ਤੈਨੂੰ ਕੀ ਲੱਗਦਾ ਮੈਨੂੰ ਜੱਫੀ ਪਾਊਗੀ? ਅਗਲੀ ਜੁੱਤੀ ਲਾਊਗੀ, ਕਹੂਗੀ ਰਾਂਝਿਆ ਉਸ ਰਾਂਝ ਨੇ ਤਾਂ ਹੀਰ ਪਿੱਛੇ ਮੱਝਾਂ ਚਾਰੀਆਂ, ਤੂੰ ਹੀਰੀ ਚਾਰਤੀ। ਸਮਝ ਨਹੀਂ ਆ ਰਹੀ ਯਾਰ, ਹੋ ਕੀ ਰਿਹਾ ਵੈਸੇ? ਸਾੜ ਸਤੀ ਸੁਣੀ ਕਦੇ? ਉਹੀ ਚੱਲ ਰਹੀ ਦੱਸਦੇ। ਆਪਾਂ ਇੱਕ ਕੰਮ ਕਰੀਏ, ਤੇਰੇ ਕਰ ਲਾਉਂਦੇ ਹਾਂ ਫੋਨ। ਪਈ ਆ ਜਿਹੜੀ ਤੁਸੀਂ ਕਿਰਾਏਦਾਰ ਨਹੀਂ ਰੱਖੀ ਹੈ ਨਾ, ਇਹਨੂੰ ਕੋਈ ਨਾਰਮਲ ਕਿਰਾਏਦਾਰ ਨਹੀਂ ਨਾ ਸਮਝੋ, ਇਹਦੇ ਦਰਅਸਲ ਤਾਲੀਬਾਨਾਂ ਨਾਲ ਸਿੱਧੇ ਸੰਬੰਧ ਨੇ। ਇੱਕ ਬਣਾਉਂਦੇ ਆ ਕੰਪਿਊਟਰ ਤੇ ਫੋਟੋ ਕਿ ਲਾ ਦੇ ਇਹਨੂੰ ਰੱਖੜੀ ਬੰਦੀ ਪਈ ਆ ਮਾਈ, ਅਗਲੇ ਚੱਕ ਕੇ ਬਾਹਰ ਮਾਰਨੀ ਹੈ। ਉਹ ਮੈਂ ਤਾਂ ਤੈਨੂੰ ਹੀ ਡਬਲ ਕਮਲਾ ਕਹਿ ਗਿਆ, ਤੂੰ ਤਾਂ ਟ੍ਰਿਪਲ ਕਮਲਾ ਏ। ਕੀ ਹੋਇਆ ਤੈਨੂੰ? ਕੀ ਲੱਗਦਾ ਉਹ ਘਰੋਂ ਕੱਢ ਦੇਣਗੇ? ਇਨਾਮ ਦੇ ਚੱਕਰ 'ਚ ਠਾਣੇ ਫੋਨ ਕਰਕੇ ਫਸਾ ਦੇਣਗੇ, ਇੱਕ ਚੱਕਰ 'ਚੋਂ ਨਿਕਲਾਂਗੇ ਦੂਜੇ 'ਚ ਫਸ ਜਾਵਾਂਗੇ। ਮੁਸੀਬਤ ਹੀ ਹੈ ਯਾਰ। ਸਮਾਨ ਚੱਕ ਕੇ ਬਾਹਰ ਮਾਰਨਗੇ। ਵਾਟ ਅ ਗ੍ਰੇਟ ਆਈਡੀਆ ਯਾਰ, ਕਮਾਲ ਹੈ। ਪਰ ਪ੍ਰੋਬਲਮ ਇਹ ਹੈ ਕਿ ਐਡਾ ਵੱਡਾ ਬਦਤਮੀਜ਼ ਬੰਦਾ ਲੱਭਾਂਗਾ ਕਿੱਥੇ? ਕੀ ਮਤਲਬ ਤੇਰਾ? ਓਕੇ ਹੁਣ ਘਰ 'ਚ ਏਡਾ ਵੱਡਾ ਬਦਤਮੀਜ਼ ਹੋਵੇ, ਅਸੀਂ ਬਾਹਰ ਜਾ ਕੇ ਬਦਤਮੀਜ਼ ਲੱਭੀਏ? ਆ ਯਾਰ ਅਰਾ, ਇਹ ਮੇਰੇ ਡੈਡੀ ਨੇ ਤੇ ਮੇਰਾ ਬ੍ਰਦਰ ਹੈ ਗੋਲਡੀ। ਸਤਿ ਸ਼੍ਰੀ ਅਕਾਲ ਜੀ। ਡੈਡੀ ਇਹ ਮੇਰਾ ਦੋਸਤ ਹੈ, ਬਚਪਨ ਤੋਂ ਦੋਸਤ ਹੈ ਮੇਰਾ। ਉਹ ਉੱਪਰ ਵਾਲੀ ਕੁੜੀ ਨੂੰ ਆਪਾਂ ਕਮਰਾ ਕਰਾਏ ਤੇ ਦਿੱਤਾ ਨਾ, ਉਹਦਾ ਹਸਬੈਂਡ ਹੈ ਇਹ। ਬਾਹਲੀ ਦੇਰ ਬਾਅਦ ਮਿਲਿਆ ਮੈਨੂੰ ਤਾਂ ਇਹ। ਸੱਚੀ ਯਾਰ, ਇੰਨੀ ਦੇਰ ਬਾਅਦ ਕਮਾਲ ਹੈ। ਉਹ ਬਸ ਜਦੋਂ ਆਪਾਂ ਲਾਸਟ ਮਿਲੇ ਆ ਨਾ, ਉਸ ਤੋਂ ਬਾਅਦ ਉਹ ਜ਼ਰਾ ਮੈਨੂੰ ਕਰੰਟ ਜਿਹਾ ਲੱਗ ਗਿਆ, ਨੰਗੀਆਂ ਤਾਰਾਂ ਨਾਲ ਚਿਪ ਗਿਆ ਤੇ ਮੇਰੀ ਯਾਦਦਾਸ਼ਤ ਚਲੀ ਗਈ। ਵੈਸੇ ਸਿਆਣਾ ਬੰਦਾ ਤਾਂ ਨੰਗੀਆਂ ਤਾਰਾਂ ਦੇ ਕੋਲ ਦੇ ਵੀ ਨਹੀਂ ਲੱਗਦਾ ਹੈ। ਨਹੀਂ ਨਹੀਂ, ਮਤਲਬ ਤਾਰਾਂ ਟਕੀਆਂ ਸੀ, ਲੱਤਾਂ ਨੰਗੀਆਂ ਸੀ। ਅਸੀਂ ਤਾਂ ਸੁਣਿਆ ਜਿਹੜੇ ਬੰਦੇ ਨੂੰ ਕਰਾਣ ਦੇ ਝਟਕੇ ਪੈਣ ਉਹਦੀ ਯਾਦਾਸ਼ਤ ਮੁੜ ਆਉਂਦੀ ਆ। ਪਹਿਲਾਂ ਇਨਸਾਨ ਦੇਖਿਆ ਜਿਹਦੀ ਚਲੀ ਗਈ। ਵੈਸੇ ਟਾਈਮ ਹੋ ਗਿਆ ਹੁਣ ਮੇਰਾ ਤੇ ਮੇਰੀ ਵਾਈਫ ਦੇ ਸੌਣ ਦਾ। ਚਲੋ ਨਾ, ਅਸੀਂ ਹੁਣ ਉੱਪਰ ਜਾ ਕੇ ਨਾਲ ਸੌਣ। ਨਹੀਂ, ਇੱਧਰ ਗੇਟ ਹੈ, ਨਿਕਲੋ, ਖਿਸਕੰਤਰ ਹੋਵੋ ਇੱਥੋਂ। 6500 ਰੁਪਈਆ ਕੋਠੀ ਦਾ ਕਿਰਾਇਆ ਦਿੱਤਾ, ਤੁਸੀਂ ਇੱਥੇ ਥੋੜਾ ਸੌਣਾ ਸਾਰਿਆਂ ਨੇ ਹੁਣ। ਸ਼ਾਬਾਸ਼ ਤੇਰੇ, 6500 ਚ ਪੂਰੀ ਕੋਠੀ ਪਾਲਦਾ। ਬੰਗਲਾਦੇਸ਼ ਤੋਂ ਆਇਆ, ਤੈਨੂੰ ਇੰਡੀਆ ਦੀ ਮਹਿੰਗਾਈ ਦਾ ਨਹੀਂ ਪਤਾ? ਉਹ ਉੱਪਰ ਚਵਾਰਾ ਦੇਖ ਰਿਹਾ ਨਾ, ਉਹ ਤੇਰਾ ਹੈ। ਆਹੋ ਇਹਦਾ 6500, ਉਹ ਇਦਾਂ ਦੀ 4500 ਚ ਮਿਲ ਜਾਂਦੀ ਹੈ ਚਵਾਰੀ। ਤੂੰ ਤਾਂ ਕਹਿੰਦਾ ਸੀ ਡੈਡੀ ਤੇਰੇ ਵਕੀਲ ਆ, ਇਹ ਤਾਂ ਠੱਗ ਆ। ਓਏ, ਤੂੰ ਮੇਰੇ ਡੈਡੀ ਨੂੰ ਬਹੁਤ ਵੱਡਾ ਠੱਗ ਕਿਵੇਂ ਕਿਹਾ? ਬਹੁਤ ਵੱਡਾ ਕਦੋਂ ਕਿਹਾ ਮੈਂ ਠੱਗ ਕਿਹਾ? ਬਹੁਤ ਵੱਡਾ ਪੱਲਿਓ ਪਾ ਲਿਆ ਤੂੰ। ਉਹ ਅੱਜ ਨਹੀਂ ਤਾਂ ਕੱਲ ਨੂੰ ਕਹੇਗਾ। ਸੋਚਿਆ ਤਾਂ ਹੋਣਾ ਹੀ ਆ,
ਜਿਹੜੀ ਤੁਸੀਂ ਇਹ ਜਿਹੇ ਬੰਦੇ ਨੂੰ ਕਮਰਾ ਕਰਾਇਆ ਤੇ ਦੇ ਕਿਵੇਂ ਦਿੱਤਾ? ਮੈਂ ਤਾਂ ਇਹਦੀ ਜਨਾਨੀ ਦੇ ਮੂੰਹ ਨੂੰ ਦਿੱਤਾ, ਇਹਦੇ ਮੂੰਹ ਨੂੰ ਤਾਂ ਮੈਂ ਇਕੱਲਾ ਬਾਥਰੂਮ ਨਾ ਦਵਾਂ, ਨਾਲੇ ਮੈਨੂੰ ਕੀ ਪਤਾ ਤੇਰਾ ਦੋਸਤ ਆ, ਮੈਂ ਦੰਦਾ ਹੀ ਨਾ। ਡੈਡੀ ਕੁਛ ਨਹੀਂ, ਕੂਲ 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 ਵੀਰੇ, ਤੈਨੂੰ ਕਿਰਾਇਆ ਵੱਧ ਲੱਗਦਾ ਨਾ, ਚੱਲ ਤੂੰ ਇਹਦਾ ਦੋਸਤ ਆ, 4500 ਦੇ ਦੇ। ਆਓ ਕੀ ਬੋਲ ਬੋਲ ਚੱਲ ਕਰ ਯਾਰ, ਕਮਾਲ ਹੋ ਗਈ ਵੈਸੇ, ਇੱਕ ਜਾਣਾ ਪੂਰਬ ਨੂੰ ਤੁਰਿਆ, ਇੱਕ ਉੱਤਰ ਨੂੰ, ਇੱਕ ਦੱਖਣ ਨੂੰ। ਮੈਨੂੰ ਤੇ ਲੱਗਦਾ ਤੁਸੀਂ ਪਿਓ ਪੁੱਤਰ ਹੀ ਸਕੇ ਨਹੀਂ ਹੈਗੇ ਆਪਸ। ਸਾਲਿਆ ਤੈਨੂੰ ਅਸੀਂ ਕਿਰਾਏਦਾਰ ਬਣਾਉਣਾ ਤੇ ਤੂੰ ਆਪਣਾ DNA ਟੈਸਟ ਨਹੀਂ ਕਰਾਉਣਾ? ਉਹ ਕਿੱਡਾ ਬਦਤਮੀਜ਼ ਬੰਦਾ ਤੂੰ, ਮੁੜ ਕੇ ਵਰਿਆ। ਯਾਰ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹਨੂੰ ਐਡੀ ਸੋਹਣੀ ਕੁੜੀ ਦੇ ਕਿਹਨੇ ਦਿੱਤੀ। ਇਹਦੀ ਤਾਂ ਜਨਾਨੀ ਦੇ ਮੂੰਹ ਤੇ ਲਿਖਿਆ ਹੋਇਆ ਕਿ ਉਹਦਾ ਘਰ ਵਾਲਾ ਕਮੀਨਾ ਹੋਣਾ। ਹਾਂ ਉਹ ਛੱਡੋ ਡੈਡੀ, ਤੁਸੀਂ ਕੀ ਲੈਣਾ? ਆਪਾਂ ਕਿਸੇ ਬਾਰੇ ਮਾੜਾ ਚੰਗਾ ਕਿਉਂ ਬੋਲਣਾ ਵਾ? ਹਾਂ ਤੂੰ ਸਮਾਜ ਜੱਕ, ਸਮਾਜ ਜੱਕ, ਬਾਹਰ ਰਗੜ, ਬਾਹਰ ਕੱਢੋ ਡੈਡੀ ਇਹਨੂੰ। ਯਸ ਗੋ। ਉਹ ਚੁੱਪ ਕਰ ਓਏ, ਐਡੇ ਅਨਪੜਾਂ ਦਾ ਨਿਆਣਾ ਹੋ ਕੇ ਅੰਗਰੇਜ਼ੀ ਚ ਬਾਹਰ ਕੱਢਣ ਡਿਆ ਮੈਨੂੰ? ਡੈਡੀ ਬਦਤਮੀਜ਼ ਆਦਮੀ ਨੇ ਯਾਰ। ਤੁਸੀਂ ਕਹਿੰਦੇ ਹੋ ਤੈਨੂੰ ਵੋਟੀ ਕਿਹਨੇ ਦੇਤੀ, ਤੁਹਾਨੂੰ ਡਿਗਰੀ ਕਿਹਨੇ ਦੇਤੀ ਵਕੀਲ ਦੀ? ਹੈ ਕਿਸੇ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਕਿਰਾਏਦਾਰ ਨੂੰ ਘਰੋਂ ਕੱਢਣ ਤੋਂ ਪਹਿਲਾਂ 1 ਮਹੀਨੇ ਦਾ ਨੋਟਿਸ ਦੇਣਾ ਪੈਂਦਾ? ਅੱਛਾ ਤਾਂ ਹੁਣ ਤੂੰ ਸਾਡੇ ਨਾਲ ਵਕਾਲਤ ਦੇ ਹਿਸਾਬ ਕਿਤਾਬ ਕਰੇਗਾ? ਆਹੀ ਯਾਰੀ ਦੋਸਤੀ ਹੈ ਹੈ? ਸਮਾਨ ਚੱਕ ਤੇ ਤੂੰ ਬਾਹਰ ਚੱਲ, ਜਦ ਕਹਿਤਾ ਡੈਡੀ ਨੇ ਤਾਂ ਕਹਿਤਾ। ਐਤਕੀ ਤਾਂ 1 ਦਿਨ ਵੀ ਨਹੀਂ ਟੱਪਣ ਦਿੱਤਾ। 1 ਮਿੰਟ ਜਾਸ, ਇੱਥੇ ਰੁਕ ਜਾ, ਤੈਨੂੰ 1 ਮਹੀਨੇ ਦਾ ਨੋਟਿਸ ਚਾਹੀਦਾ ਨਾ? ਦਿੱਤਾ ਪਰ ਕੱਤੀ ਮੈਂ ਦੇਣ, ਤੇਰੀ ਬੂਥੀ ਮੈਨੂੰ ਦਿਖਣੀ ਨਹੀਂ ਚਾਹੀਦੀ। ਓ ਯਾਰ ਮੈਂ ਜਾਣ ਕੇ ਨਹੀਂ ਕੀਤਾ, ਤੇਰੇ ਵਰਗੇ ਬੁੱਧੂ ਯਾਰ ਨਾਲੋਂ ਸਿਆਣਾ ਦੁਸ਼ਮਣ ਚੰਗਾ। ਮੈਂ ਕੀ ਕਰਾਂ, ਉੱਧਰ ਮੇਰਾ ਪਿਓ ਹਰ ਵੇਲੇ ਲੱਗਾ ਰਹਿੰਦਾ ਕਿ ਤੈਨੂੰ ਕਿਹਨੇ ਕੁੜੀ ਦੇਣੀ, ਇੱਧਰ ਤੇਰਾ ਪਿਓ ਸ਼ੁਰੂ ਹੋ ਗਿਆ ਭਾਈ ਤੈਨੂੰ ਕਿਹਨੇ ਕੁੜੀ ਦੇਤੀ। ਕਿਉਂ ਕੀ ਗੱਲ, ਮੇਰੇ ਫੇਫੜਿਆਂ 'ਚ ਰੇਸ਼ ਹੈ? ਗੱਲ ਕਰਦੇ ਤੇ ਮੂੰਹ 'ਚ ਬਲਗਮ ਡਿੱਗਦੀ ਹੈ, ਕੀੜੇ ਪਏ ਮੈਨੂੰ। ਆ ਛੱਤ ਤੋਂ ਬੰਦਾ ਡਿੱਗ ਕੇ ਮਰਦਾ ਜਾਊ ਨਾ। ਓਏ ਖਬਰਦਾਰ, ਜੇ ਆਪਣੇ ਯਾਰ ਦੇ ਹੁੰਦੇ ਖੁਦਕੁਸ਼ੀ ਕਰਨ ਦੀ ਸੋਚੀ ਤੂੰ? ਮੈਂ ਸਾਲਿਆ ਤੈਨੂੰ ਸੱਟਣ ਦੀ ਸੋਚ ਰਿਹਾ। ਚੰਗਾ ਹੋਇਆ ਫਸ ਗਿਆ ਵੈਸੇ ਤੂੰ, ਏਦਾਂ ਹੀ ਹੋਣੀ ਚਾਹੀਦੀ ਸੀ ਤੇਰੇ ਨਾਲ। ਦਿਖਾਤੀ ਨਾ ਆਪਣੀ ਔਕਾਤ। ਔਕਾਤ ਤੇ ਤੇਰੇ ਪਿਓ ਨੇ ਵਿਖਾਈ, ਗੈਰਤੀ ਹੈ ਨਹੀਂ ਉਹਦੇ 'ਚ। ਮੈਂ ਰੱਜ ਕੇ ਜ਼ਲੀਲ ਕੀਤਾ, ਉਹਨੇ ਮਾਸਾ ਨਹੀਂ ਫੀਲ ਕੀਤਾ। ਕਿਆ ਕਪੈਸਿਟੀ ਹੈ ਤੇਰੇ ਪਿਓ ਦੀ? ਸਵਾਹ ਜ਼ਲੀਲ ਕੀਤਾ, ਉਹ ਇੰਨਾ ਕੁ ਜ਼ਲੀਲ ਤਾਂ ਉਹਨਾਂ ਨੂੰ ਕੋਰਟ ਕਚਹਿਰੀਆਂ 'ਚ ਰੋਜ਼ ਕਰਦੇ ਆ, ਤੇਰੀ ਤਾਂ ਜਲਾਲਤ 'ਚ ਵੀ ਦਮ ਨਹੀਂ ਸੀ। ਵੈਸੇ ਤੇ ਵਿਆਹ ਤੋਂ ਬਾਅਦ ਲਾੜਾ ਹੀ ਫਸਦਾ ਹੁੰਦਾ, ਇਹ ਦੁਨੀਆ ਦਾ ਪਹਿਲਾ ਵਿਆਹ ਹੋਇਆ ਜਿਹਦੇ ਸਰਬਾਲਾ ਵੀ ਨਾਲ ਹੀ ਟੰਗਿਆ ਗਿਆ। ਉਹ ਟੰਗਿਆ ਤਾਂ ਹੁਣ ਜਾਣਾ। ਕੀ ਮਤਲਬ? ਜਿਵੇਂ ਮੇਰੇ ਘਰਦਿਆਂ ਨੂੰ ਇਹ ਨਹੀਂ ਪਤਾ ਕਿ ਮਾਹੀ ਦਾ ਘਰਾਲਾ ਕੌਣ ਹੈ, ਉਵੇਂ ਮਾਹੀ ਨੂੰ ਇਹ ਨਹੀਂ ਪਤਾ ਕਿ ਮੇਰੇ ਘਰਦਿਆਂ ਦਾ ਛੋਟਾ ਮੁੰਡਾ ਕੌਣ ਹੈ। ਉਹ ਤਾਂ ਤੂੰ ਆ। ਇਹ ਤਾਂ ਤੈਨੂੰ ਪਤਾ, ਮੈਨੂੰ ਪਤਾ, ਪਰ ਮਾਹੀ ਨੂੰ ਨਹੀਂ ਪਤਾ। ਕੀ ਮਤਲਬ? ਮੈਂ ਨਰਸਰੀ 'ਚ ਬੈਸਟ ਐਕਟਰ ਨਿਕਲਿਆ ਸੀ ਸਕੂਲੋਂ, ਘਬਰਾ ਨਾ ਤੂੰ। ਓ ਥੈਂਕ ਯੂ ਭਾਬੀ ਜੀ, ਨਵੀਂ ਭਾਬੀ ਪਹਿਲੀ ਵਾਰੀ ਪਾਣੀ। ਭਾਜੀ ਇਹ ਤੁਹਾਡਾ ਘਰ ਹੈ? ਮੈਨੂੰ ਵੀ ਹੁਣ ਥੋੜ੍ਹੀ ਦੇਰ ਪਹਿਲਾਂ ਪਤਾ ਲੱਗਾ ਜੀ ਕਿ ਮੇਰਾ ਘਰ ਔਰ ਮੈਂ ਇਹਨਾਂ ਦਾ ਮੁੰਡਾ ਵਾਂ। ਉਦਾਂ ਹੀ ਸ਼ੁਗਲਾ ਹੀ ਕਰਦਾ ਪਿਆ, ਹੈ ਤੇ ਆਪਣਾ ਹੀ ਘਰ। ਹਾਂ ਸਾਫ਼ ਆ ਰਿਹਾ, ਮੈਂ ਕਿਹਾ ਦਿਲ ਲੱਗਾ ਰਹੇਗਾ ਭਾਬੀ ਜੀ ਦਾ। ਤੁਸੀਂ ਤਾਂ ਕਹਿੰਦੇ ਸੀ ਕਿ ਇਹਨਾਂ ਦੇ ਪਾਪਾ ਬਹੁਤ ਲੜਾਕੇ ਇਨਸਾਨ ਨੇ, ਪਰ ਮੈਨੂੰ ਤਾਂ ਬਈ ਅੰਕਲ ਬਹੁਤ ਸਵੀਟ ਲੱਗੇ। ਅੱਛਾ, ਮਤਲਬ ਐਦਾਂ ਤਰੀਫਾਂ ਕਰਦਾ ਮੇਰੇ ਫਾਦਰ ਸਾਹਿਬ ਦੀਆਂ? ਇਹ ਤਾਂ ਮੈਂ ਚੰਗਾ ਵੀ ਬੋਲਿਆ ਵਾ ਅੰਕਲ ਬਾਰੇ ਬਹੁਤ। ਨਹੀਂ ਨਹੀਂ, ਚੰਗਾ ਕੀ ਹੈ ਮੇਰੇ ਫਾਦਰ 'ਚ, ਇਸ ਤੋਂ ਘਟੀਆ ਇਨਸਾਨ ਤੇ ਮੈਂ ਕਦੇ ਵੇਖਿਆ ਹੀ ਨਹੀਂ। ਮੈਨੂੰ ਤਾਂ ਸ਼ਰਮ ਆਉਂਦੀ ਇਹਨੂੰ ਫਾਦਰ ਕਹਿੰਦੇ ਨੂੰ। ਤੁਸੀਂ ਮੰਨਣਾ ਨਹੀਂ, ਸਕੂਲ 'ਚ ਕਿਤੇ ਫਾਦਰ ਤੇ ਲੇਖ ਲਿਖਣ ਨੂੰ ਆ ਜਾਂਦਾ ਸੀ ਨਾ, ਮੈਂ 15 ਨੰਬਰ ਦਾ ਪੇਪਰ ਛੱਡ ਆਉਂਦਾ ਹੁੰਦਾ ਸੀ ਇਸ ਫਾਦਰ ਬਾਰੇ, ਮੈਂ ਚੰਗਾ ਨਹੀਂ ਸੀ ਲਿਖ ਸਕਦਾ ਹੁੰਦਾ। ਮੈਂ ਲੱਗਦਾ ਇਹਨਾਂ ਦੇ ਮਨ 'ਚ ਬਹੁਤ ਭੜਾਸ ਹੈ। ਤੁਸੀਂ ਵੀ 5-4 ਗੰਦੀਆਂ ਗੰਦੀਆਂ ਗਾਲਾਂ ਕੱਢੋ ਇਸ ਪਿਓ। ਕਿਉਂ ਆਪਣੀ ਜ਼ਬਾਨ ਗੰਦੀ ਕਰ ਰਿਹਾ? ਜਦ ਗੱਲ ਖਤਮ ਹੋ ਗਈ ਨਾ, ਆਪਾਂ ਕੱਲ੍ਹ ਨੂੰ ਘਰ ਛੱਡ ਦੇਣਾ ਹੈ। ਮਤਲਬ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੈਂ ਇਸ ਬਦਤਮੀਜ਼ ਦਾ ਦੋਸਤ ਆ, ਮੈਨੂੰ 1 ਮਹੀਨੇ ਦਾ ਨੋਟਿਸ ਦੇਤਾ, ਕਹਿੰਦੇ ਘਰ ਖਾਲੀ ਕਰ, ਅਸੀਂ ਕੋਈ ਫਾਲਤੂ, ਅਸੀਂ ਕੱਲ੍ਹ ਨੂੰ ਘਰ ਛੱਡ ਦਿਆਂਗੇ ਬਸ। ਐਂ ਕਿਵੇਂ ਛੱਡ ਦਿਆਂਗੇ? ਮੈਨੂੰ ਵਿਆਹ ਤੋਂ ਬਾਅਦ ਇਹੀ ਕੰਮ ਰਹਿ ਗਿਆ, ਕਦੇ ਇੱਧਰ ਕਦੇ ਉੱਧਰ। ਮੈਂ ਜਾ ਕੇ ਅੰਕਲ ਨਾਲ ਗੱਲ ਕਰਦੀ ਹਾਂ। ਨਹੀਂ ਨਹੀਂ, ਤੂੰ ਬੈਠ, ਮਤਲਬ ਤੂੰ ਰੋਟੀ ਬਣਾ, ਮੈਂ ਦੇਖਦਾ, ਮੈਂ ਕਰਦਾ ਗੱਲ, ਮੈਂ ਜਾ ਕੇ ਗੱਲ ਕਰ। ਉਹ ਬਹਿ ਜਾ ਚੌਧਰੀਆ, ਨਾਲੇ ਕੀ ਬਕਵਾਸ ਕਰ ਰਿਹਾ ਸੀ ਓਏ। ਪਾਜੀ ਪਾਜੀ, ਰੋਟੀ ਇੱਥੇ ਖਾ ਕੇ ਜਾਇਓ। ਕਿਉਂ ਨਹੀਂ ਖਾਣੀ ਰੋਟੀ? ਯਾਰ ਦੇ ਘਰ ਭੁੱਖਾ ਜਾਏਗਾ। ਚਲੋ ਫਿਰ ਖਾ ਹੀ ਲੈਣੇ ਆ ਭਾਵੀ ਜੀ, ਫਰਾਂਸ ਬੀਨ ਦੀਆਂ ਫਲੀਆਂ ਬਣਾ ਲਿਆ, ਬੜੇ ਸ਼ੌਂਕ ਨਾਲ ਖਾਣਾ ਮੈਂ ਫਰਾਂਸ ਬੀਨ। ਠੀਕ ਹੈ, ਫਰਾਂਸ ਬੀਨ। ਅੱਛਾ, ਹੋਰ ਕੋਈ ਫਰਮਾਇਸ਼? ਬਸ ਕਿਉਂ ਪਾਲਿਓ, ਮੈਂ ਜਾਈ ਤੀਓ, ਮੈਂ ਥੱਲੇ ਜਾ ਕੇ ਡੈਡੀ ਨਾਲ ਗੱਲ ਕਰਦਾ, ਜੇ ਹੋਰ ਕੋਈ ਬਕਵਾਸ ਮਾਰੀ ਨਾ ਮੂੰਹ ਬੰਦ ਰੱਖ। ਸਾਲਾ ਬਹਿੜਿਆਂ ਦਾ, ਕਿਸੇ ਨੇ ਕਿਵੇਂ ਗੱਲ ਕਰੀ ਦੀ, ਕਿਸੇ ਨੇ ਸਿਖਾਇਆ ਨਹੀਂ, ਬੇਵਕੂਫ, ਪਾਗਲ, ਬਦਤਮੀਜ਼, ਗਧਾ। ਆਪ ਬਕਵਾਸ ਕਿਹਨੂੰ ਕਰ ਰਹੇ ਹੋ? ਉਹ ਡੈਡੀ ਜੀ, ਮੈਂ ਨਹੀਂ ਕਹਿ ਰਿਹਾ, ਉਹ ਕਹਿ ਰਿਹਾ ਵਾ, ਘੱਟੋ ਘੱਟ ਕਮਰਾ ਕਿਰਾਏ ਤੇ ਦੇਣ ਤੋਂ ਪਹਿਲਾਂ ਬੰਦਾ ਚੈੱਕ ਤਾਂ ਕਰ ਲਿਆ ਕਰੋ। ਨਾ ਚੈੱਕ ਕਰਨ ਨੂੰ ਮੈਂ ਕਿਰਾਏਦਾਰਾਂ ਦੀ ਪਹਿਲਾਂ ECG ਕਰਾਇਆ ਕਰਾਂ? ਨਾ ਕਹਿੰਦਾ ਕੀ ਆ ਉਹ? ਕਹਿੰਦਾ ਕੀ ਆ? ਗਾਲਾਂ ਕੱਢਦਾ। ਗਾਲਾਂ? ਉਹ ਇੰਨੀਆਂ ਗਾਲਾਂ ਤਾਂ ਤੁਹਾਨੂੰ ਕਿਸੇ ਕੇਸ ਹਾਰੇ ਹੋਏ ਕਲਾਇੰਟ ਨੇ ਨਹੀਂ ਕੱਢੀਆਂ ਹੋਣੀਆਂ, ਜਿੰਨੀਆਂ ਤੁਹਾਨੂੰ ਦੋਹਾਂ ਨੂੰ ਉਹ ਕੱਢਦਾ।
ना मैनू क्यों बनते तो कले डैडी दियां ने ओ जीदी एही जी गंदी औलाद हो लोकी गंदिया गंदिया गालां तां कढ़न गई साली गंदी औलाद ना मजा ना स्वाद पर मैं क्यों बनदा तां कले वीर दा की मैं देखता हूं ओ बह जा वीर एजे दे मुंह नहीं लगीदा दूर ही रहीदा ना दूर नूं हुण असीं किते जाके बाहर रहण लग जाईए तुर जा जिहो जे आले ओहो जे कुजे साला यार तां तेरा ही आ देख लूंगा मैं ओनू ढल्लो ने एवें नहीं काला कोट पाया आहो रफू करा के पाया कड्डो कड्डो ना गाल काढ़ी दो अज साला तेरा की जाना गाल तां मेरी घरवाली नूं लगनी आ ओ तू किधर पट्ठे ते चलिया जी मैं कड़े तेरे प्यो दा इहो जिहा पट्ठा होए जिहड़ा अद्धी रात तक भखदा ओहो जी एक बड़ा आर्डर मिलिया जी थोड़े दिन तां डैडी जी रात नूं पट्ठा पखाउणा ही पैणा हुण पखाउणा ही पैणा चल दफा हो जा ते तू अपनी थां ते नहीं खड़ा हुंदा।